ਕਰੋਨਾ ਕਰਕੇ ਪੰਜਾਬ ਵਿੱਚ ਜਿਹੜੀ ਇੱਕ ਮੌਤ ਹੋਈ ਹੈ ਉਹ ਹੈ ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਪਠਲਾਵਾ ਦਾ ਵਸਨੀਕ ਬਲਦੇਵ ਸਿੰਘ। ਉਸਦੀ ਮੌਤ ਨੇ ਪੂਰੇ ਪੰਜਾਬ ਵਿੱਚ ਚਿੰਤਾ ਵਧਾ ਦਿੱਤੀ ਸੀ, ਪਰ ਇਸ ਚਿੰਤਾ ਵਿੱਚ ਬਲਦੇਵ ਸਿੰਘ ਖੁਦ ਤਾਂ ਮਰ ਗਿਆ, ਪਰ ਲੋਕਾਂ ਭਾਣੇ ਉਹ ਕਰੋਨਾ ਨੂੰ ਫੈਲਾਉਣ ਵਾਲਾ ਖਲਨਾਇਕ ਬਣ ਗਿਆ। ਜਿਵੇਂ ਹੀ ਪਤਾ ਲੱਗਾ ਕਿ ਬਲਦੇਵ ਸਿੰਘ ਕਰਕੇ ਉਸਦੇ ਪਰਿਵਾਰ ਅਤੇ ਨਾਲ ਦੇ ਹੋਰਨਾਂ ਲੋਕਾਂ ਨੂੰ ਕਰੋਨਾ ਦੀ ਬਿਮਾਰੀ ਲੱਗੀ ਹੈ, ਬਸ ਲੋਕਾਂ ਨੇ ਉਸ ਨੂੰ ਭੰਡਣਾ ਸ਼ੁਰੂ ਕਰ ਦਿੱਤਾ। ਕੁਝ ਵੀਡੀਓ ਵਾਇਰਲ ਹੋਈਆਂ, ਕੁਝ ਆਡੀਓ ਆਈਆਂ ਕਿ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਪਤਾ ਸੀ ਕਿ ਉਸ ਨੂੰ ਕਰੋਨਾ ਹੈ, ਫਿਰ ਵੀ ਉਹ ਹੋਲੇ ਮਹੱਲੇ 'ਤੇ ਗਿਆ, ਰਿਸ਼ਤੇਦਾਰੀ ਵਿੱਚ ਗਿਆ। ਇਹ ਸਭ ਵਿਚਕਾਰ ਜੋ ਗਲਤੀ ਸੀ ਉਹ ਕਿਸੇ ਦੀ ਸੀ, ਭਾਈ ਬਲਦੇਵ ਸਿੰਘ ਸਿਰ ਗਈ। ਇੱਥੋਂ ਤੱਕ ਕਿ ਗਾਇਕ ਸਿੱਧੂ ਮੂਸੇਵਾਲੇ ਨੇ ਵੀ ਉਸ 'ਤੇ ਗੀਤ ਗਾਇਆ ਅਤੇ ਪੰਜਾਬ ਪੁਲਿਸ ਨੇ ਉਸ ਗੀਤ ਨੂੰ ਸ਼ੇਅਰ ਕੀਤਾ, ਕਿਉਂਕਿ ਗੀਤ ਵਿੱਚ ਮੂਸੇਵਾਲੇ ਨੇ ਵੀ ਬਲਦੇਵ ਦਾ ਹੀ ਕਸੂਰ ਗਿਣਾ ਦਿੱਤਾ। ਸੋਸ਼ਲ ਮੀਡੀਆ 'ਤੇ ਹੀ ਉਸ ਨੂੰ ਲੋਕਾਂ ਨੇ ਖਲਨਾਇਕ ਬਣਾਇਆ ਸੀ ਅਤੇ ਹੁਣ ਬਹੁਤ ਸਾਰੇ ਲੋਕ ਇਹ ਆਖ ਰਹੇ ਨੇ ਕਿ ਸਾਰੀ ਗਲਤੀ ਤਾਂ ਸਰਕਾਰੀ ਮਸ਼ੀਨਰੀ ਦੀ ਸੀ ਅਤੇ ਭਾਂਡਾ ਬਲਦੇਵ ਸਿੰਘ ਦੇ ਸਿਰ ਭੰਨਿਆ ਗਿਆ। ਕੁਝ ਵਿਚਾਰ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਆਈਪੀ ਸਿੰਘ ਨੇ ਲਿਖਿਆ ਕਿ ਬਲਦੇਵ ਸਿੰਘ ਪਠਲਾਵਾ ਅਤੇ ਉਹਦੇ ਸਾਰੇ ਪਰਿਵਾਰ ਵਿਰੁੱਧ ਬਦਨਾਮ ਅਤੇ ਜਲੀਲ ਕਰਨ ਦੀ ਮੁਹਿੰਮ ਚੱਲ ਰਹੀ ਹੈ। ਲੋਕ ਕਹਿ ਰਹੇ ਕਿ ਉਹਨੂੰ ਅਤੇ ਉਹਦੇ ਪਰਿਵਾਰ ਨੂੰ ਪਤਾ ਸੀ ਕਿ ਉਸ ਨੂੰ ਕਰੋਨਾ ਹੈ ਅਤੇ ਉਹਨੇ ਜਾਣ ਬੁੱਝ ਕੇ ਛੁਪਾਇਆ। ਮੈਨੂੰ ਪਤਾ ਕਿ ਜੋ ਮੈਂ ਲਿਖ ਰਿਹਾ ਇਹ ਬਹੁਤ ਲੋਕਾਂ ਨੂੰ ਚੰਗਾ ਨਹੀਂ ਲੱਗਣਾ, ਪਰ ਇਹ ਕਹਿਣਾ ਜ਼ਰੂਰੀ ਹੈ। ਬਦਨਾਮ ਕਰਨ ਦੀ ਇਹ ਮੁਹਿੰਮ ਸੰਵੇਦਨਹੀਨ ਹੈ ਅਤੇ ਨਾਲ ਹੀ ਮੂਰਖਤਾ ਭਰਪੂਰ ਵੀ। ਇਹਦੇ ਨਾਲ ਇਹ ਵੀ ਪਤਾ ਲੱਗਦਾ ਕਿਵੇਂ ਲੋਕ ਤੱਥਾਂ ਨੂੰ ਅੱਖੋਂ ਪਰੋਖੇ ਕਰ ਦਿੰਦੇ ਨੇ, ਸਗੋਂ ਸਰਕਾਰ ਦੀਆਂ ਨਾਕਾਮੀਆਂ ਦਰਸਾਉਣ ਦੀ ਬਜਾਏ ਮਰੀਜ਼ ਨੂੰ ਹੀ ਬਦਨਾਮ ਕੀਤਾ ਜਾ ਰਿਹਾ। ਦੇਖੋ ਕਿਵੇਂ ਜੋ ਲੋਕ ਬਦਨਾਮ ਕਰ ਰਹੇ ਨੇ ਅਤੇ ਬਲਦੇਵ ਸਿੰਘ ਨੂੰ ਗਾਲਾਂ ਕੱਢ ਰਹੇ ਨੇ, ਕੀ ਉਹ ਦੱਸ ਸਕਦੇ ਨੇ ਕਿ 7 ਮਾਰਚ ਤੱਕ ਕੀ ਪ੍ਰਸ਼ਾਸਨ ਵੱਲੋਂ ਘਰ ਰਹਿਣ ਦੀ ਕੋਈ ਮੁਹਿੰਮ ਸ਼ੁਰੂ ਕੀਤੀ ਗਈ ਸੀ, ਬਜਾਏ ਕਿ ਸਿਰਫ ਏਅਰਪੋਰਟਾਂ 'ਤੇ ਬੁਖਾਰ ਦੀ ਜਾਂਚ ਤੋਂ ਇਲਾਵਾ ਜਿੱਥੇ ਕਿ ਉਹਨੇ ਲੈਂਡ ਕੀਤਾ। ਆਮ ਲੋਕਾਂ ਨੂੰ ਤਾਂ ਏਅਰਪੋਰਟ ਦੀ ਜਾਂਚ ਤੋਂ ਬਾਅਦ ਇਹੋ ਲੱਗਣਾ ਕਿ ਉਹ ਠੀਕ ਨੇ। ਬਲਦੇਵ ਸਿੰਘ ਅਤੇ ਉਸਦੇ 2 ਸਾਥੀ 7 ਮਾਰਚ ਨੂੰ ਆਪਣੇ ਪਿੰਡ ਪਠਲਾਵਾ ਪਹੁੰਚੇ। ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਬੇ ਦੇ ਗ੍ਰਹਿ ਵਿਭਾਗ ਰਾਹੀਂ ਕੇਂਦਰੀ ਵਿਦੇਸ਼ ਮੰਤਰਾਲੇ ਦੀ ਜਾਰੀ ਕੀਤੀ ਬਾਹਰੋਂ ਆਏ ਲੋਕਾਂ ਦੀ ਲਿਸਟ 13 ਮਾਰਚ ਨੂੰ ਮਿਲੀ, ਜਿਸ ਵਿੱਚ ਇਹਨਾਂ 3 ਦੇ ਨਾਮ ਵੀ ਸ਼ਾਮਿਲ ਸੀ। ਸਿਹਤ ਵਿਭਾਗ ਦੇ ਲੋਕ ਇਸ ਨੂੰ ਮਿਲਣ 14 ਮਾਰਚ ਨੂੰ ਆਏ। ਉਹਨਾਂ ਨੇ ਚੈੱਕ ਕੀਤਾ ਅਤੇ ਉਹ ਠੀਕ ਨਿਕਲਿਆ। ਹੁਣ ਇਹ ਪਤਾ ਨਹੀਂ ਕਿ ਉਹਨਾਂ ਨੇ ਘਰ ਰਹਿਣ ਦੀ ਸਲਾਹ ਦਿੱਤੀ ਸੀ ਕਿ ਨਹੀਂ, ਪਰ 7 ਦਿਨਾਂ ਬਾਅਦ ਇਹੋ ਜਿਹੀ ਸਲਾਹ ਦੇਣ ਦੀ ਤੁੱਕ ਵੀ ਨਹੀਂ ਬਣਦੀ। ਜੇ ਮੰਨ ਲਈ ਕਿ 14 ਮਾਰਚ ਨੂੰ ਉਹ ਠੀਕ ਨਹੀਂ ਵੀ ਸੀ, ਫਿਰ ਇਹ ਸਿਹਤ ਵਿਭਾਗ ਦੀ ਨਾਕਾਮੀ ਨਹੀਂ ਕਿ ਉਹ ਸਹੀ ਜਾਂਚ ਨਹੀਂ ਕਰ ਸਕੇ। ਲੱਗਦਾ ਤਾਂ ਇਹ ਹੈ ਕਿ ਉਹਦੇ ਅੰਦਰ ਅਜੇ ਕੋਈ ਲੱਛਣ ਨਹੀਂ ਸੀ ਦਿਖ ਰਹੇ ਅਤੇ ਸਿਹਤ ਵਿਭਾਗ ਨੂੰ ਵੀ ਕੁਛ ਗੜਬੜ ਨਹੀਂ ਲੱਗੀ। ਹੋਲਾ ਮਹੱਲਾ ਵਿੱਚ ਉਹ ਇਸ ਤੋਂ ਪਹਿਲਾਂ ਹੀ ਜਾ ਚੁੱਕਾ ਸੀ। ਹੋਣਾ ਤਾਂ ਇਹ ਚਾਹੀਦਾ ਸੀ ਕਿ ਇੱਕ ਤਕੜੀ ਸਰਕਾਰੀ ਮੁਹਿੰਮ ਪਹਿਲਾਂ ਦੀ ਚੱਲਦੀ ਹੋਣੀ ਚਾਹੀਦੀ ਸੀ ਕਿ ਜੋ ਲੋਕ ਬਾਹਰੋਂ ਆਏ ਨੇ ਉਹ ਵੱਡੇ ਇਕੱਠਾਂ ਤੋਂ ਗੁਰੇਜ਼ ਕਰਨ ਅਤੇ ਘਰ ਰਹਿਣ। ਕੀ ਅਸੀਂ ਇਹ ਮੰਨੀਏ ਕਿ ਇੱਕ 70 ਸਾਲਾ ਪੇਂਡੂ ਬਜ਼ੁਰਗ ਨੂੰ 7 ਮਾਰਚ ਤੋਂ ਇਹ ਸਭ ਪਤਾ ਹੋਣਾ ਚਾਹੀਦਾ ਸੀ, ਜਦਕਿ ਪ੍ਰਸ਼ਾਸਨ ਨੇ ਆਪ ਹੀ ਅਜੇ ਕੋਈ ਕਦਮ ਨਹੀਂ ਸੀ ਚੁੱਕੇ। ਸਿਰਫ ਉਹ ਹੀ ਨਹੀਂ, ਹੋਰ ਕਿੰਨੇ ਜਵਾਨ ਅਤੇ ਪੜ੍ਹੇ ਲਿਖੇ ਲੋਕ ਹੋਲਾ ਮਹੱਲਾ ਵੇਖ ਕੇ ਆਏ ਹੋਣੇ। 16 ਮਾਰਚ ਨੂੰ ਬਿਮਾਰ ਪੈਂਦਾ ਅਤੇ ਕੁਝ ਨਿੱਜੀ ਹਸਪਤਾਲਾਂ ਦੇ ਚੱਕਰ ਲਾ ਕੇ ਸਿਵਲ ਹਸਪਤਾਲ ਜਲੰਧਰ ਪਹੁੰਚਦਾ। ਜੇ ਸਿਵਲ ਹਸਪਤਾਲ ਦੇ ਡਾਕਟਰਾਂ ਨੂੰ ਨਹੀਂ ਪਤਾ ਲੱਗਿਆ ਕਿ ਉਹਨੂੰ ਕਰੋਨਾ, ਫਿਰ ਬਲਦੇਵ ਸਿੰਘ ਨੂੰ ਕਸੂਰਵਾਰ ਤੁਸੀਂ ਕਿਵੇਂ ਠਹਿਰਾਓਗੇ ਕਿ ਉਹਨੂੰ ਇਸ ਬਾਰੇ ਪਤਾ ਨਹੀਂ ਸੀ। ਸਿਹਤ ਵਿਭਾਗ ਨੇ 14 ਮਾਰਚ ਨੂੰ ਉਸ ਨੂੰ ਜਾਂਚ ਕਰਨ ਲਿਆ ਸੀ ਅਤੇ 16 ਨੂੰ ਉਹ ਹਸਪਤਾਲ ਗਿਆ 2 ਦਿਨਾਂ ਬਾਅਦ। ਉਦੋਂ ਤੱਕ ਵੀ ਡਾਕਟਰ ਉਸ ਨੂੰ ਦਿਲ ਦੇ ਦੌਰੇ ਨਾਲ ਮਰਿਆ ਹੀ ਮੰਨੀ ਜਾ ਰਹੇ ਸੀ। ਇਹ ਤਾਂ ਜਦੋਂ ਉਹਦੇ ਬਾਹਰੋਂ ਆਏ ਹੋਣ ਦਾ ਪਤਾ ਲੱਗਿਆ ਫਿਰ ਸ਼ੱਕ ਵਧਿਆ। ਜੇਕਰ ਜਿਵੇਂ ਉਸ ਆਡੀਓ ਕਲਿੱਪ ਅੰਦਰ ਕਿਹਾ ਗਿਆ, ਇਹ ਮੰਨ ਵੀ ਲਈ ਕਿ ਬਲਦੇਵ ਸਿੰਘ ਨੂੰ ਪਤਾ ਸੀ ਕਿ ਉਸ ਨੂੰ ਕਰੋਨਾ ਹੈ, ਕਿ ਇੱਕ 70 ਸਾਲ ਦਾ ਬਜ਼ੁਰਗ ਆਪਣੇ ਪੁੱਤ ਪੋਤਿਆਂ ਨੂੰ ਜਾਣ ਬੁੱਝ ਕੇ ਬਿਮਾਰ ਕਰੇਗਾ। ਯਾਦ ਰਹੇ ਕਿ ਤਕਰੀਬਨ ਉਸਦਾ ਸਾਰਾ ਪਰਿਵਾਰ ਸਣੇ ਇੱਕ 2 ਸਾਲ ਦੇ ਬੱਚੇ ਨੂੰ ਕਰੋਨਾ ਹੋਇਆ ਨਿਕਲਿਆ। ਸੋਚ ਕੇ ਦੇਖੋ ਉਹਨਾਂ ਦੇ ਪਰਿਵਾਰ 'ਤੇ ਦਿਮਾਗੀ ਤੌਰ 'ਤੇ ਕੀ ਬੀਤ ਰਹੀ ਹੈ।
ਇਹ ਆਡੀਓ ਕਲਿੱਪ ਵਾਲੀ ਗੱਲ ਤਾਂ ਪੂਰੀ ਮੂਰਖਮਤੀ ਲੱਗ ਰਹੀ। ਇਸ ਆਡੀਓ ਵਾਲੇ ਬੰਦੇ ਨੇ ਤਾਂ ਇਹ ਵੀ ਕਿਹਾ ਕਿ ਬਲਦੇਵ ਸਿੰਘ ਪਿੰਡ ਮਹਿਤਪੁਰ ਡੇਰੇ ਇੱਕ ਸਮਾਗਮ 'ਚ ਗਿਆ ਸੀ, ਜਦਕਿ ਪ੍ਰਸ਼ਾਸਨ ਨੇ ਇਹ ਝੂਠ ਕਰਾਰ ਦਿੱਤਾ। 19 ਮਾਰਚ ਨੂੰ ਜਦੋਂ ਬਲਦੇਵ ਸਿੰਘ ਦੀ ਮੌਤ ਹੋਈ ਅਤੇ ਇੱਕ ਦਿਨ ਬਾਅਦ ਜਦੋਂ ਉਹਦੇ ਕੋਰੋਨਾ ਬਾਰੇ ਪਤਾ ਲੱਗਿਆ, ਫਿਰ ਕਿਤੇ ਜਾ ਕੇ ਉਸਦੇ ਨਾਲ ਆਏ ਦੋ ਬੰਦਿਆਂ ਨੂੰ ਅੱਡ ਰਹਿਣ ਲਈ ਕਿਹਾ। ਇਹ ਵੀ ਬਲਦੇਵ ਸਿੰਘ ਦੀ ਗਲਤੀ ਹੈ। ਬਲਦੇਵ ਸਿੰਘ ਨੇ ਕਨਿਕਾ ਕਪੂਰ ਵਰਗਾ ਕੋਈ ਕੰਮ ਨਹੀਂ ਕੀਤਾ ਜਿਸ ਨੇ ਕਿ ਜਾਣ ਬੁੱਝ ਕੇ ਏਅਰਪੋਰਟ 'ਤੇ ਹੁੰਦੀ ਜਾਂਚ ਨੂੰ ਚਕਮਾ ਦਿੱਤਾ, ਜਿਵੇਂ ਕਿ ਬੰਗਾਲ ਦੇ ਇੱਕ IAS ਅਫਸਰ ਦੇ ਮੁੰਡੇ ਨੇ ਵੀ ਕੀਤਾ ਜੋ ਬਾਅਦ ਵਿੱਚ ਕੋਰੋਨਾ ਤੋਂ ਸ਼ਿਕਾਰ ਪਾਇਆ ਗਿਆ। ਉਹ ਇੱਕ ਮਰੀਜ਼ ਸੀ ਜੋ ਕਿ ਕੋਰੋਨਾ ਦਾ ਸ਼ਿਕਾਰ ਹੋਇਆ ਅਤੇ ਮਰ ਗਿਆ। ਕੀ ਇਹ ਨੈਤਿਕ ਤੌਰ 'ਤੇ ਸਹੀ ਹੈ ਕਿ ਇੱਕ 70 ਸਾਲਾ ਪੇਂਡੂ ਬਜ਼ੁਰਗ ਅਤੇ ਉਸਦੇ ਪਰਿਵਾਰ ਨੂੰ ਬਦਨਾਮ ਅਤੇ ਜ਼ਲੀਲ ਕੀਤਾ ਜਾਵੇ, ਜੋ ਕਿ ਹੁਣ ਆਪ ਮਰੀਜ਼ ਨੇ? ਲੱਗਦਾ ਹੈ ਕਿ ਮਰੀਜ਼ਾਂ ਜਾਂ ਪੀੜਤਾਂ ਨੂੰ ਗਾਲਾਂ ਕੱਢਣ ਦਾ ਰਿਵਾਜ਼ ਹੀ ਬਣ ਗਿਆ। ਮੇਰੇ ਖਿਆਲ ਨਾਲ ਇਹ ਤਾਂ ਅਕਲੋਹੀਣੀ ਗੱਲ ਹੈ। ਜੇ ਤੁਸੀਂ ਇੱਕ ਲਾਗ ਦੀ ਬਿਮਾਰੀ ਨਾਲ ਇਸ ਤਰੀਕੇ ਬਦਨਾਮੀ ਅਤੇ ਜਲਾਲਤ ਜੋੜੋਗੇ, ਫਿਰ ਤਾਂ ਲੋਕ ਸੱਚੀਓਂ ਹੋਰ ਵੀ ਛਪਾਉਣ ਲੱਗ ਪੈਣਗੇ। ਇਸ ਬਾਰੇ ਸਰਬਜੀਤ ਸਿੰਘ ਘੁਮਾਣ ਲਿਖਦੇ ਹਨ ਕਿ ਇਹ ਗੱਲ ਸਹੀ ਹੈ ਕਿ ਬਲਦੇਵ ਸਿੰਘ ਪਠਲਾਵੇ ਕਰਕੇ ਹੋਰਾਂ ਨੂੰ ਕੋਰੋਨਾ ਵਾਇਰਸ ਦੀ ਲਾਗ ਲੱਗੀ। ਇਹ ਸੱਚ ਹੈ ਕਿ 70% ਰੋਗੀ ਇਸੇ ਸ਼ਖਸ ਨਾਲ ਸੰਬੰਧਿਤ ਹਨ, ਪਰ ਕੀ ਉਹ ਕੋਈ ਵੱਡਾ ਸ਼ੈਤਾਨ ਸੀ ਜੋ ਮਿੱਥ ਕੇ ਆਪਦੇ ਨੇੜਨਿਆਂ ਨੂੰ ਇਸ ਘਾਤਕ ਵਾਇਰਸ ਦਾ ਸ਼ਿਕਾਰ ਬਣਾਉਣਾ ਚਾਹੁੰਦਾ ਸੀ? ਕਿ ਉਹ ਖੁਦ ਇਸ ਜਾਨਲੇਵਾ ਬਿਮਾਰੀ ਨੂੰ ਆਪਦੀ ਮਰਜ਼ੀ ਨਾਲ ਚਿੰਬੜਿਆ ਸੀ? ਕਿ ਉਹ ਜਿਉਣਾ ਨਹੀਂ ਸੀ ਚਾਹੁੰਦਾ? ਕਿ ਉਹ ਖੁਦ ਮਰਨ, ਨੇੜਨਿਆਂ ਨੂੰ ਮਾਰਨ ਅਤੇ ਆਪਦੇ ਪਿਆਰ ਕਰਨ ਵਾਲਿਆਂ ਨੂੰ ਮਾਰਨ ਦਾ ਏਜੰਡਾ ਲੈ ਕੇ ਤੁਰਿਆ ਫਿਰਦਾ ਸੀ? ਕਿ ਉਹਨੂੰ ਪੱਕਾ ਪਤਾ ਸੀ ਕਿ ਬੜੀ ਜਲਦੀ ਇਸ ਵਾਇਰਸ ਕਰਕੇ ਮਰ ਸਕਦਾ ਅਤੇ ਉਹਨੂੰ ਹੋਲੇ ਮਹੱਲੇ ਨਹੀਂ ਜਾਣਾ ਚਾਹੀਦਾ ਅਤੇ ਇਕਾਂਤਵਾਸ ਵਿੱਚ ਰਹਿਣਾ ਚਾਹੀਦਾ? ਇਹੋ ਜਿਹੇ ਸਾਰੇ ਸਵਾਲਾਂ ਦਾ ਜਵਾਬ ਧੀਰਜ ਠਰੰਮੇ ਨਾਲ ਸਮਝ ਕੇ ਗੱਲ ਕਰਨੀ ਚਾਹੀਦੀ ਹੈ, ਪਰ ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਭਾਰਤੀ ਹਕੂਮਤੀ ਸਿਸਟਮ ਦੀ ਨਲਾਇਕੀ ਦੀ ਗੱਲ ਨਹੀਂ ਹੋ ਰਹੀ ਅਤੇ ਸਭ ਪਾਸੇ ਬਲਦੇਵ ਸਿੰਘ ਨੂੰ ਦੋਸ਼ੀ ਗਰਦਾਨਿਆ ਜਾ ਰਿਹਾ। ਬਲਦੇਵ ਸਿੰਘ ਦੀ ਅਣਗਹਿਲੀ ਹੋ ਸਕਦੀ ਹੈ, ਪਰ ਵੱਡੀ ਗਲਤੀ ਤਾਂ ਉਹਨਾਂ ਡਾਕਟਰਾਂ ਦੀ ਹੈ ਜਿਨ੍ਹਾਂ ਨੇ ਉਹਨੂੰ ਹਸਪਤਾਲ ਵਿੱਚ ਡੱਕਣ ਦੀ ਬਜਾਏ ਜਾਣ ਦਿੱਤਾ। ਪਰ ਜਦ ਡਾਕਟਰਾਂ ਕੋਲ ਕੋਰੋਨਾ ਵਾਇਰਸ ਟੈਸਟ ਕਰਨ ਦੀ ਮਸ਼ੀਨਰੀ ਨਹੀਂ ਤਾਂ ਉੱਥੇ ਪੂਰੇ ਸਿਸਟਮ ਦੀ ਅਸਫਲਤਾ। ਕਿਸੇ ਇਕੱਲੇ ਡਾਕਟਰ ਨੂੰ ਕੀ ਦੋਸ਼ ਦਈਏ? ਹਕੀਕਤ ਵਿੱਚ ਇਹ ਬਲਦੇਵ ਸਿੰਘ ਤਾਂ ਪੀੜਤ ਹੈ, ਜਦਕਿ ਦੋਸ਼ੀ ਉਹ ਭਾਰਤੀ ਹਕੂਮਤੀ ਮਸ਼ੀਨਰੀ ਹੈ ਜਿਹਨੇ ਸਹੀ ਇੰਤਜ਼ਾਮ ਨਹੀਂ ਸੀ ਕੀਤੇ। ਹੁਣ ਸਾਰੀ ਦੁਨੀਆ ਤੋਂ ਇਸ ਮਰ ਚੁੱਕੇ ਸ਼ਖਸ ਨੂੰ ਗਾਲਾਂ ਕਢਵਾਉਣ ਵਾਲਾ ਮਸਾਲਾ ਧੜਾ ਧੜ ਸੁੱਟ ਕੇ ਇਹ ਸਿਸਟਮ ਬੇਹੱਦ ਧੱਕਾ ਕਰ ਰਿਹਾ। ਇਸ ਸਿਸਟਮ ਦਾ ਹਰ ਪੁਰਜਾ ਸਮਝਦਾ ਕਿ ਇਸ ਤੋਂ ਪਹਿਲਾਂ ਕਿ ਲੋਕ ਸਾਡੇ ਦੁਆਲੇ ਹੋਣ, ਸਭ ਬਲਦੇਵ ਸਿੰਘ ਦੇ ਸਿਰ ਮੜ ਦਿਓ, ਕਿਉਂਕਿ ਉਹ ਤਾਂ ਆਪਦਾ ਪੱਖ ਰੱਖਣ ਜੋਗਾ ਵੀ ਨਹੀਂ ਹੁਣ। ਇਸ ਬਲਦੇਵ ਸਿੰਘ ਨੂੰ ਸਾਰੇ ਪਵਾੜੇ ਦੀ ਜੜ ਜਦ ਹਕੂਮਤੀ ਸਿਸਟਮ ਨੇ ਗਰਦਾਨਿਆ, ਭਾਰਤੀ ਮੀਡੀਆ ਨੂੰ ਚਾਈ ਚੜ੍ਹ ਗਿਆ ਕਿ ਇੱਕ ਸਿੱਖ ਨੂੰ ਭੰਡਣ ਦਾ ਮਸਾਂ ਤਾਂ ਮੌਕਾ ਮਿਲਿਆ। ਇਹ ਮੀਡੀਆ ਤਾਂ ਬੇਦੋਸ਼ੇ ਸਿੱਖਾਂ ਨੂੰ ਚੋਟੀ ਦੇ ਦਹਿਸ਼ਤਗਰਦ ਬਣਾ ਧਰਦਾ, ਹੁਣ ਤਾਂ ਬਲਦੇਵ ਸਿੰਘ ਨੂੰ ਭੰਨਣਾ ਸੌਖਾ ਹੀ ਹੈ। ਹੁਣ ਸਾਨੂੰ ਇਸ ਹਕੂਮਤੀ ਸਿਸਟਮ ਦੀ ਨਲਾਇਕੀ ਚੇਤੇ ਨਹੀਂ, ਪਰ ਬਲਦੇਵ ਸਿੰਘ ਨੂੰ ਭੰਡੀ ਜਾਂਦੇ ਹਾਂ। ਸੋ ਇਹ ਮੰਨਿਆ ਜਾ ਸਕਦਾ ਕਿ ਅਸਲ ਵਿੱਚ ਗਲਤੀ ਕਿਸੇ ਦੀ ਸੀ ਜਿਸ ਨੂੰ ਬਲਦੇਵ ਸਿੰਘ ਦੇ ਸਿਰ ਮੜ ਕੇ ਆਪ ਬਚਿਆ ਗਿਆ। ਰਿਪੋਰਟਾਂ ਤਾਂ ਇਹ ਆਈਆਂ ਨੇ ਕਿ ਉਸ ਦੀ ਮੌਤ ਤੋਂ ਬਾਅਦ ਇਹ ਪਤਾ ਲੱਗਾ ਕਿ ਉਹ ਕੋਰੋਨਾ ਦਾ ਮਰੀਜ਼ ਸੀ, ਜਦੋਂ ਕਿ ਪਹਿਲਾਂ ਹਸਪਤਾਲ ਵਾਲਿਆਂ ਨੇ ਦਿਲ ਦਾ ਦੌਰਾ ਸਮਝਿਆ ਸੀ, ਪਰ ਜਦ ਖੂਨ ਦੇ ਨਮੂਨੇ PGI ਭੇਜੇ ਤਾਂ ਪਤਾ ਲੱਗਿਆ ਕਿ ਮ੍ਰਿਤਕ ਨੂੰ ਕੋਰੋਨਾ ਵਾਇਰਸ ਸੀ। ਜਿਸ ਬਲਦੇਵ ਸਿੰਘ ਨੂੰ ਮਰਨ ਤੱਕ ਵੀ ਨਹੀਂ ਸੀ ਪਤਾ ਕਿ ਉਹ ਕੋਰੋਨਾ ਵਾਇਰਸ ਦਾ ਸ਼ਿਕਾਰ ਹੈ, ਉਹਨੂੰ ਇਸ ਲਈ ਦੋਸ਼ੀ ਕਿਵੇਂ ਮੰਨਿਆ ਜਾ ਸਕਦਾ? ਉਹ 4 ਹਸਪਤਾਲਾਂ ਵਿੱਚ ਜਾ ਕੇ ਕਲਪਦਾ ਰਿਹਾ, ਪਰ ਕਿਸੇ ਨੇ ਵੀ ਉਹਦੀ ਦੇਖਭਾਲ ਨਹੀਂ ਕੀਤੀ, ਨਾ ਦੱਸ ਸਕੇ ਕਿ ਤੈਨੂੰ ਬੜੀ ਖਤਰਨਾਕ ਬਿਮਾਰੀ ਹੈ, ਇਕੱਲਾ ਰਹੀਂ, ਕਿਸੇ ਨੂੰ ਮਿਲੀ ਨਾ। ਇੱਕ ਤਾਂ ਇਸ ਮੁਲਕ ਦੇ ਸਿਸਟਮ ਨੇ ਉਸਦੀ ਜਾਨ ਲੈ ਲਈ, ਦੂਜੇ ਉਹਨੂੰ ਦੋਸ਼ੀ ਗਰਦਾਨਿਆ ਜਾ ਰਿਹਾ, ਅਤੇ ਤੀਜਾ ਉਸੇ ਖਤਰਨਾਕ ਵਾਇਰਸ ਨਾਲ ਜੂਝ ਰਹੇ ਉਸਦੇ ਵਾਰਸਾਂ ਅਤੇ ਜਾਣਕਾਰਾਂ ਨੂੰ ਵੀ ਜ਼ਲੀਲ ਕੀਤਾ ਜਾ ਰਿਹਾ। ਮੀਡੀਆ ਤਾਂ ਹਕੂਮਤੀ ਤੰਤਰ ਦੀ ਖੇਡ ਨੂੰ ਸਮਝੋ ਅਤੇ ਇਸ ਪੀੜਤ ਪਰਿਵਾਰ ਦਾ ਸਾਥ ਦਿਓ। ਇਹ ਤਾਂ ਹਕੂਮਤੀ ਸਿਸਟਮ ਦਾ ਸ਼ਿਕਾਰ ਬਣੇ ਹੋਏ ਨੇ ਅਤੇ ਆਪਾਂ ਸਾਰੇ ਮੀਡੀਆ ਨਾਲ ਰਲ ਕੇ ਇਹਨਾਂ ਨੂੰ ਬਦਨਾਮ ਕਰੀ ਜਾ ਰਹੇ ਹਾਂ। ਸੋ ਬਲਦੇਵ ਸਿੰਘ ਦਾ ਕਸੂਰ ਕੱਢਣ ਤੋਂ ਪਹਿਲਾਂ ਇਹ ਜ਼ਰੂਰ ਜਾਣ ਲਿਓ ਕਿ ਕੋਰੋਨਾ ਦਾ ਦੋਸ਼ ਉਹਦੇ ਸਿਰ ਮੜ ਕੇ ਸਿਸਟਮ ਨੇ ਖੁਦ ਨੂੰ ਬਰੀ ਕਰਵਾਇਆ।